ਉਹ ਨਾ ਕੋਈ ਮੇਰੇ ਵਰਗਾ ਲਾ ਲਵੇ ਤੇ ਕੁਰਬਾਨੀ ਤੂੰ ਜਾਵੇ ਮੁੜ ਕੁੱਕੜ ਘੁੰਮਣੀ ਪਵੇ। ਅਸਲਾਮ ਅਲੈਕੁਮ ਨਾਜ਼ਰੀਨ, ਮੇਰਾ ਨਾਮ ਮਿਕਦਾਰ ਸਰਗਾਨਾ ਔਰ ਆਪ ਦੇਖ ਰਹੇ ਹੈ ਹਮਾਰਾ ਯੂਟਿਊਬ ਚੈਨਲ ਜਾਨਵਰ ਫੀਕੇ। ਨਾਜ਼ਰੀਨ ਆਜ ਮੰਡੀ ਮਲਵਾ ਨਾ ਮੋੜ ਮੇਂ ਮੌਜੂਦ ਹੈ ਜੋ ਕਿ ਜ਼ਿਲ੍ਹਾ ਜੰਗ ਕੀ ਸਭ ਸੇ ਬੜੀ ਮੰਡੀ ਹੈ ਬਲਕਿ ਪੂਰੇ ਪੰਜਾਬ ਕੀ ਸਭ ਸੇ ਬੜੀ ਮੰਡੀ ਹੈ ਔਰ ਜੰਗ ਮੇਂ ਇਸ ਹਿਸਾਬ ਕੀ ਕੋਈ ਮੰਡੀ ਨਹੀਂ ਲੱਗਤੀ ਬਲਕਿ ਪੂਰੇ ਪੰਜਾਬ ਮੇਂ ਕਾਫੀ ਮੰਡੀਆਂ ਹਮਨੇ ਦੇਖੀ ਹੈ ਲੇਕਿਨ ਇਸ ਮੰਡੀ ਕਾ ਕਿਆ ਹੀ ਬਾਤ ਹੈ। ਤੋ ਦੋਸਤੋ ਆਜ ਆਪਕੋ ਬਛੜੋਂ ਕੀ ਇਨਫਾਰਮੇਸ਼ਨ ਦੇਂਗੇ ਜੋ ਕਿ ਕੁਰਬਾਨੀ ਪਰ ਲੱਗਣੇ ਵਾਲੇ ਹੈ ਔਰ ਖੀਰੇ ਵੀ ਹੋਗੇ ਦੁੰਦੇ ਵੀ ਹੋਗੇ ਅਗਲੀ ਕੁਰਬਾਨੀ ਪਰ ਜੋ ਲੱਗਣੇ ਵਾਲੇ ਉਹ ਵੀ ਆਪਕੋ ਉਨਕੇ ਰੇਟ ਬਤਾਏਗੇ ਔਰ ਜੋ ਇਸੀ ਕੁਰਬਾਨੀ ਮੇਂ ਲੱਗਣੇ ਵਾਲੇ ਉਨਕੇ ਵੀ ਆਪਕੋ ਰੇਟ ਦਿਖਾਏਗੇ। ਤੋ ਆਪਨੇ ਵੀਡੀਓ ਕੋ ਲਾਸਟ ਤੱਕ ਲਾਜ਼ਮੀ ਦੇਖਣਾ ਹੈ ਤਾਂ ਕਿ ਆਪਕੋ ਮੁਕੰਮਲ ਰੇਟਸ ਕੀ ਸਮਝ ਲੱਗ ਸਕੇ ਕਿ ਕਿਆ ਕਿਆ ਰੇਟ ਚੱਲ ਰਹੇ ਹੈ ਔਰ ਇਨਸ਼ਾਅੱਲਾ ਹਮ ਹਰ ਦਿਨ ਨਈ ਸੇ ਨਈ ਅਪਡੇਟ ਆਪਕੋ ਦੇਤੇ ਰਹੇਂਗੇ। ਗਾੜੀ ਵਾਲੇ ਨੇ ਤੰਗ ਕਰ ਲਿਆ, ਹਾਰਨ ਦੇਣੇ ਲੱਗ ਗਿਆ ਕਿ ਸਾਹਮਣੇ ਸੇ ਪੇ। ਅੱਛਾ ਤੋ ਦੋਸਤੋ ਮੁਕੰਮਲ ਆਪਕੋ ਇਨਫਾਰਮੇਸ਼ਨ ਦੇਂਗੇ ਤੋ ਆਪਨੇ ਵੀਡੀਓ ਕੋ ਲਾਸਟ ਤੱਕ ਲਾਜ਼ਮੀ ਦੇਖਣਾ ਹੈ। ਅਭੀ ਇਨ ਬਛੜੋਂ ਕੀ ਆਪਕੋ ਇਨਫਾਰਮੇਸ਼ਨ ਦੇਂਗੇ। ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਸਾਹੀਵਾਲ ਮੇਂ, ਇਹ ਦੇਖ ਲੈ। ਅਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ ਭਾਈ ਜੀ। ਨਾ ਵਕੀਲ ਹਸਨ। ਹਾਂਜੀ ਵਕੀਲ ਹਸਨ। ਵਕੀਲ ਹਸਨ ਵਕੀਲ ਵਾਕਿਆ ਯੋਗ ਵੈਸੇ ਨਾ ਹੈ ਨਾ ਨਾ ਕਿਸ ਜਗ੍ਹਾ ਦਾ ਰਹਿਣਾ? ਹਾਂਜੀ ਜਿਹੜਾ ਅੱਛਾ ਇਹ ਸਾਰੇ ਖੀਰੇ ਹੁੰਦੇ ਪੱਕਾ ਖੀਰਾ ਮਤਲਬ ਜਿੰਦਾ ਹੋਣ ਵਾਲਾ ਕੁਰਬਾਨੀ ਕੁਰਬਾਨੀ ਤਾਂ ਲੱਗਣ ਵਾਲੇ ਤੇਰੇ। ਅੱਛਾ ਕੀ ਕੀਮਤ ਕਰਦਾ ਪਿਆ? ਮੁਨਾਸਿਬ ਮੁਨਾਸਿਬ ਅੱਛਾ ਇਹਨਾਂ ਦੋਵਾਂ ਦਾ 250 ਤੇ ਉਹਦਾ 1,55,000। ਫਾਈਨਲ ਕਿੱਥੋਂ ਤੱਕ ਮਤਲਬ ਪਿਆਰ ਮੁਹੱਬਤ ਤੁਸੀਂ ਕਿਤਨੇ ਲੈ ਕੇ ਆਉਂਦੇ? ਅਸੀਂ ਲੈ ਕੇ 25 ਜਾਣ ਦਾ। 25 ਜਾਣ ਹਰ ਹਫ਼ਤੇ ਇੱਥੇ ਆਉਂਦੇ? ਹਰ ਹਫ਼ਤੇ ਜਾਂਦੇ। ਅਤੇ ਇਸ ਤੋਂ ਇਲਾਵਾ ਕਿਹੜੀ ਮੰਡੀ ਜਾਂਦੇ? ਇਸ ਤੋਂ ਇਲਾਵਾ ਅਸੀਂ ਜਾਂਦੇ ਲਾਹੌਰ ਮੰਡੀ। ਲਾਹੌਰ ਮੰਡੀ ਲਾਹੌਰ ਮੰਡੀ ਸ਼ਾਹਪੁਰਕਾਈ ਮੰਡੀ। ਅੱਛਾ ਆਪਣਾ ਕੋਈ ਨੰਬਰ? ਨੰਬਰ 304 4574 4574 642 642 642। तो दोस्तों वीडियो के साथ रहिएगा, आपको और भी बछड़ों की इन्फॉर्मेशन देते हैं कि क्या क्या रेट चल रहे हैं। अच्छा उसके पास कौन सा बछड़ा है? अच्छा बनाते हैं, बैक कैमरे से बनाते हैं अभी फ्रंट से। हाँ दोस्तों इस भाई के पास भी ये बछड़ा खड़ा है, ये चेक कर। ये खीरा है ना? पक्का खीरा मतलब कुर्बानी तक हो जाएगा दोनों? ਪੱਕੀ ਬਾਤ ਹੈ, ਹੋ ਜਾਏਗਾ। ਉਹ ਨਾ ਕੋਈ ਮੇਰੇ ਵਰਗਾ ਲਾ ਲਵੇ ਤੇ ਕੁਰਬਾਨੀ ਤੂੰ ਜਾਵੇ ਮੁੜ ਕੁੱਕੜ ਘੁੰਮਣੀ ਪਵੇ। ਅੱਛਾ ਕੀ ਕੀਮਤ ਹੈ? 85,000। ਫਾਈਨਲ ਕਿੱਥੋਂ ਤੱਕ ਮਿਲ ਜਾਏ? 60 ਦਾ ਨਹੀਂ ਮਿਲਦਾ? 60 ਲੱਗਾ ਹੈ ਇੱਥੇ? 66 ਵੀ ਲੱਗਾ। ਓ ਮਤਲਬ 66 ਵੀ ਲੱਗਾ, ਤਕਰੀਬਨ 70 ਤੱਕ ਸੇਲ ਹੋ ਜਾਸੀ। ਠੀਕ, ਆਪਣਾ ਕੋਈ ਨੰਬਰ ਹੈ? ਨੰਬਰ 22। ਅੱਛਾ ਠੀਕ, ਉਹ ਨੰਬਰ ਠੀਕ ਹੋ ਗਿਆ। ਓਕੇ ਜਨਾਬ, ਓਕੇ। ਤੋ ਦੋਸਤੋ ਆਪ ਇਹ ਵਾਲਾ ਆਪ ਚੈੱਕ ਕਰ ਲੈਂ। ਇਹ ਵੀ ਦੁੰਦਾ ਹੈ, ਇਹ ਵੀ ਹਮਾਰਾ ਹੈ। ਇਹ ਵੀ ਆਪਕਾ ਦੁੰਦਾ ਹੈ? ਦੁੰਦਾ। ਇਸਕੀ ਕੀ ਕੀਮਤ ਹੈ? ਪਿਆਰ ਮੁਹੱਬਤ ਬਾਰੇ 95,000। 95,000 ਫਾਈਨਲ ਕਿੱਥੋਂ ਤੱਕ? 85,000 ਫਾਈਨਲ। 85, 80 ਦਾ ਹੋਵੇ ਸੀ ਤਕਰੀਬਨ? ਨਹੀਂ 80 ਦਾ ਆਪ ਲੈ ਆ ਬਿਚੂ, 2000 ਖਰਚਾ ਹੈ, 85 ਦੇਣਾ, 2-3,000 ਵੀ ਹੋਣਾ। ਅੱਛਾ ਅੱਛਾ, ਮਤਲਬ 80 ਦਾ ਖੁਦ ਲੈ ਆਏ ਨੇ? ਖੁਦ ਲੈ ਆ, 2000 ਖਰਚਾ ਹੈ ਤੇ ਕੁਰਬਾਨੀ ਤੇ ਫਿੱਟ ਹੋ ਕੇ ਲੱਗਣਾ। ਹਾਂ ਦੁੰਦਾ ਹੈ, ਵੀ ਦੁੰਦਾ। ਓਕੇ ਦੀ ਰਿਪੋਰਟ ਠੀਕ ਹੋ ਗਿਆ। ਠੀਕ ਹੈ ਭਾਈ, ਤੋ ਦੋਸਤੋ ਇਹ ਚੈੱਕ ਕਰ ਲੈ। ਅੱਛਾ ਵਜ਼ਨ ਇਹਦਾ ਤਕਰੀਬਨ? ਵਜ਼ਨ ਤਕਰੀਬਨ 3 ਮਣ। 3 ਮਣ ਹੈ? 3 ਮਣ ਪੱਕਾ? 3। ਹਾਂ ਦੋਸਤੋ 3 ਮਣ ਵਜ਼ਨ ਹੈ, ਚੈੱਕ ਕਰ ਲੈ। ਇਹਦਾ ਕਿਤਨਾ ਵਜ਼ਨ? ਇਸ ਦਾ ਵਜ਼ਨ ਤਕਰੀਬਨ ਹੈ 2 ਮਣ ਤੋਂ ਬਾਰਾ। ਹਾਂ 2 ਮਣ ਤੋਂ ਤਾਂ ਠੀਕ ਹੋ ਗਿਆ। ਤੋ ਦੋਸਤੋ ਆਪਕੋ ਔਰ ਵੀ ਦਿਖਾਤੇ ਹੈ ਜਾਨਵਰ ਪੀ ਕੇ ਯੂਟਿਊਬ ਚੈਨਲ ਪਰ ਆਪਨੇ ਸਰਚ ਮਾਰਨਾ ਹੈ ਆਪਕੇ ਸਾਹਮਣੇ। ਲਾਈਕ ਵੀ ਠੋਕੀ ਰਹੇ? ਹਾਂ ਲਾਈਕ ਵੀ ਠੋਕੇ ਹੈ ਸਭ ਕੁਛ। ਇਹ ਚੈੱਕ ਕਰ ਲੈ ਦੋਸਤੋ, ਖੂਬਸੂਰਤ ਬਛੜਾ, ਇਹ ਦੇਖ ਲੈ ਔਰ ਇਹ ਵੀ ਦੇਖ ਲੈ। ਲਾਤਾਂ ਮਾਰਦਾ? ਅੱਛਾ ਇਹਦੀ ਕੀ ਕੀਮਤ ਕਰਦੇ ਪਏ ਹੋ? 85,000। ਠੀਕ ਹੋ ਜੀ, ਵੇਖੀ ਕੋਈ ਸਾਡਾ ਆਪਰੇਸ਼ਨ ਨਾ ਕਰ ਦੇਵੇ। ਖੀਰਾ ਹੈ? ਦੁੰਦਾ? ਠੀਕ ਹੋ, 85,000 ਫਾਈਨਲ ਕਿੱਥੋਂ ਤੱਕ? 70 ਤੱਕ? ਠੀਕ ਹੋ ਗਿਆ। ਇਹਦਾ ਕੀ ਕੀਮਤ ਹੈ? 75 ਦਾ ਫਾਈਨਲ ਕਿੱਥੋਂ? 60 ਤੱਕ? 60 ਤੋਂ ਕਾਸ਼ਾ ਘੱਟ ਵੀ ਪਈ ਸੀ ਪੱਕਾ? ਅੱਛਾ ਉਹਦਾ ਕੀ ਵਜ਼ਨ ਹੈ?
ایک پینتالی ریٹ ہے فائنل کتوں تک ہے؟ پینتی تھی کا تری تک ہوئی سی. اچھا ٹھیک ہے. اچھا وزن کتنا ہے؟ وزن پانچ من. ٹھیک ہو دوستو پانچ من ہے. اور قیمت آپ کے سامنے ہے ماشاء اللہ دوستو, چیک کر لیں. یہ قربانی پر لگنے والا اور بہت ہی خوبصورت ہے. تو دوستو یہ انفارمیشن آپ کو کیسی لگی یہ نیچے آپ نے کمنٹ میں لازمی بتا دینا. تو انشاءاللہ تعالی ہم ہر دن نئی سے نئی اپڈیٹ کے ساتھ حاضر اتریں گے. منڈی کافی وسیع ہے دوستو, آپ کو ایک ایک کر کے بچھڑے کی قیمت ساروں کی نہیں بتا سکتے. آئی ڈی آپ کو دے دیا ہے کہ اس منڈی کا آپ وزٹ کریں, اس میں آپ کو بہت ہی مناسب قیمت کے بچھڑے مل سکتے ہیں. اور اگر آپ ہم سے رابطہ کر کے آتے ہیں تو آپ کی کوئی ہیلپ بھی کی جائے گی کہ جانور آپ کو مناسب لے کر دیا جائے گا. تو منڈی بہت ہی اچھی ہے دوستو, اس کا آپ انتخاب کر سکتے ہیں. ابھی آپ خرید لیں کیونکہ قربانی پر انہیں بچھڑوں کے ریٹ ڈبل ہونے ہیں, تو اس وقت آپ دوستوں سے یہ لے بھی نہیں سکتے. آپ اتنی قیمت ہوگی کہ آپ نے تقریباً بکرے لینے ہیں اور یا لیلے لے لینے جو دمبے ہوتے ہیں, لیکن یہ بچھڑے آپ نہیں خرید سکتے کیونکہ اس وقت قیمت بہت ہائی ہو جاتی ہے. تو دوستو یہ انفارمیشن کیسی لگی ہے یہ نیچے آپ نے کمنٹ میں لازمی بتانا ہے. اور آپ نے ابھی تک ہمارے چینل کو سبسکرائب نہیں کیا تو کائنڈلی ہمارے چینل کو سبسکرائب کر دیں. ملتے ہیں کسی نیکسٹ ویڈیو میں, تب تک کے لیے اپنے دوست مقدار سرکانہ کو دیں اجازت. تھینکس فار واچنگ.